ਦਾ ਇੱਕ ਇੱਕ ਸੈਂਟੈਂਸ ਬਣਦਾ ਹੈ ਜਿਹੜਾ ਬਹੁਤ ਛੋਟਾ ਲੱਗਦਾ ਪਰ ਮਿਸ਼ਨ ਇਹਦੇ ਪਿੱਛੇ ਬਹੁਤ ਵੱਡਾ ਹੈ। ਇੰਡੋ ਪਾਕ ਫਰੈਂਡਸ਼ਿਪ ਮਿਸ਼ਨ ਦੇ ਉੱਤੇ ਨਿਕਲੇ ਹੋਏ ਸਾਡੇ ਛਾਤਰ ਤੇ ਛਾਤਰਾਏ ਉਨ ਸਬਕਾ ਹਮਾਰੇ ਲੁਧਿਆਣਾ ਮੇ ਸੁਸਵਾਗਤਮ ਵੈਲਕਮ। ਮੈਂ ਕੱਲ ਸੇ ਇਨਕੇ ਸਾਥ ਹੂੰ। ਮੈਂ ਜਿਤਨਾ ਟਾਈਮ ਮੈਨੇ ਸੋਚਾ ਕੱਲ ਕਿ ਜਿਤਨਾ ਮੈਂ ਟਾਈਮ ਇਨਕੇ ਸਾਥ ਦੇ ਪਾਊਂ ਮੇਰੇ ਲਈ ਸੌਭਾਗਿਆ ਹੈ ਔਰ ਇਸਕੇ ਲਈ ਬਹੁਤ ਹੀ ਜ਼ਿਆਦਾ ਧੰਨਵਾਦੀ ਹੈ ਹਮ ਗੁਰਵੰਤ ਸਿੰਘ ਜੀ ਕੇ ਜਿਨ੍ਹੋਂਨੇ ਹਮਾਰੇ ਕੋ ਜਹਾਂ ਲੁਧਿਆਣੇ ਮੇ ਬੈਠੇ ਬੈਠੇ ਪੂਰੇ ਹਿੰਦੁਸਤਾਨ ਕੇ ਦਰਸ਼ਨ ਕਰਾ ਦੀਏ। ਜੇ ਸਾਰੇ ਛਾਤਰ ਦਿੱਲੀ ਯੂਨੀਵਰਸਿਟੀ ਕੇ ਅਲੱਗ ਅਲੱਗ ਸਟੇਟੋਂ ਸੇ ਹੈ ਇਨਕੇ ਹੌਸਲੇ ਬਹੁਤ ਬੁਲੰਦ ਹੈ ਜੋ ਇਤਨੇ ਬੜੇ ਮਿਸ਼ਨ ਪੇ ਨਿਕਲੇ ਹੈ ਔਰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ ਮੇਰੇ ਕੋ ਜਬ ਇਸਮੇ ਮਹਿਲਾ ਸ਼ਕਤੀ ਵੀ ਆਪਣਾ ਪਾਰਟੀਸਪੇਸ਼ਨ ਕਰ ਰਹੀ ਹੈ ਔਰ ਆਗੇ ਸੇ ਐਸੇ ਮਿਸ਼ਨੋ ਕੇ ਲੀਏ ਹਮ ਪ੍ਰਯਾਸ ਕਰੇਂਗੇ ਕਿ ਮਹਿਲਾ ਸ਼ਕਤੀ ਕਾ ਯੋਗਦਾਨ ਔਰ ਬੜੇ ਕਿਉਂਕਿ ਵੈਸੇ ਹਮਾਰੇ ਹਿੰਦੁਸਤਾਨ ਕੇ ਗ੍ਰਾਫ ਕੇ ਉੱਪਰ ਮਹਿਲਾ ਸ਼ਕਤੀ ਕਾ ਜੋ ਯੋਗਦਾਨ ਹੈ ਵੈਸੇ ਵੀ ਅਭੀ 10% ਹੀ ਹੈ। ਆਬਾਦੀ ਤੋਂ ਹੈ ਪੂਰੀ 50% ਪਰ ਜੋ ਡਿਵੈਲਪਮੈਂਟ ਮੇ ਹਿੱਸੇਦਾਰੀ ਹੈ ਵੋ 10% ਹੈ। ਉਸਕੇ ਹਿਸਾਬ ਸੇ ਤੋ 5 ਲੜਕੀਆਂ ਜੋ ਦਿੱਲੀ ਸੇ ਚਲ ਕੇ ਆਈ ਹੈ ਵੋ ਆਪਣੀ ਹਿੱਸੇਦਾਰੀ ਕੋ ਰੀਪ੍ਰਜੈਂਟ ਕਰਤੀ ਹੈ। ਮੈਂ ਉਨ ਸਭ ਕਾ ਵੈਲਕਮ ਕਰਤੀ ਹੂੰ ਔਰ ਮੁਝੇ ਲੱਗਦਾ ਹੈ ਕਿ ਜੋ ਜੇ ਹਮਾਰਾ ਮਿਸ਼ਨ ਹੈ ਉਸਕੋ ਬਹੁਤ ਜਲਦੀ ਕਾਮਯਾਬ ਬਣਾ ਲੇਂਗੇ ਅਗਰ ਐਸੇ ਹੀ ਯੂਥ ਕੇ ਹੌਸਲੇ ਬੁਲੰਦ ਰਹੇ। ਬਾਕੀ ਜੋ ਹਮ ਲੋਕ ਹੋਤੇ ਹੈ ਜਾਂ ਆਮ ਲੋਕ ਹੈ ਵੋ ਬਚਣਾ ਨਹੀਂ ਚਾਹਤੇ ਉਨਕੋ ਸਿਮਾਏ ਨਹੀਂ ਚਾਹੀਏ ਉਨਕੋ ਕੁਛ ਨਹੀਂ ਲੈਣਾ ਦੇਣਾ। ਇਹ ਸਿਆਸਤਦਾਨੋ ਕੇ ਕਾਮ ਹੋਤੇ ਹੈ ਜੇ ਪੋਲੀਟੀਸ਼ਨੋ ਕੇ ਕਾਮ ਹੈ। ਐਸੇ ਪੋਲੀਟੀਸ਼ਨ ਆਪਕੋ ਪਾਕਿਸਤਾਨ ਮੇ ਵੀ ਮਿਲੇਂਗੇ ਹਿੰਦੁਸਤਾਨ ਮੇ ਵੀ ਮਿਲੇਂਗੇ ਸਾਰੀ ਜਗ੍ਹਾ ਪੇ ਹੋਤੇ ਹੈ ਜੋ ਬਾਂਟਤੇ ਹੈ। ਤੋ ਜੇ ਤੋ ਭਗਵਾਨ ਹੀ ਇਨਕੋ ਚੈਕਲਿਸਟ ਲਗਾ ਸਕਤਾ ਹੈ ਅਗਰ ਆਪਕਾ ਮਿਸ਼ਨ ਕਾਮਯਾਬ ਹੋਤਾ ਹੈ ਤੋ ਐਸੇ ਜੋ ਜਿਤਨੇ ਵੀ ਲੀਡਰ ਹੈ ਬਾਂਟਤੇ ਵਾਲੇ ਉਨਕੋ ਭਗਵਾਨ ਆਪਣੇ ਪਾਸ ਰੱਖ ਲੇ ਆਪਣੇ ਪਾਸ ਬੁਲਾ ਲੇ ਤੋ ਜਲਦੀ ਮਿਸ਼ਨ ਕਾਮਯਾਬ ਹੋ ਜਾਏਗਾ ਔਰ ਲੋਕ ਇੱਕ ਸਾਥ ਮਿਲੇਂਗੇ ਮਿਲ ਕੇ ਬਾਤ ਕਰੇਂਗੇ ਆਉਣਾ ਜਾਣਾ ਆਸਾਨ ਰਹੇਗਾ ਕਿਉਂਕਿ ਹਮ ਲੋਕ ਇਨਕੋ ਮਾਰ ਨਹੀਂ ਸਕਤੇ ਹਮ ਕੁਛ ਨਹੀਂ ਕਰ ਸਕਤੇ ਹਮ ਤੋ ਇੱਕ ਮੂਵਮੈਂਟ ਚਲਾ ਸਕਤੇ ਹੈ ਲੋਕੋ ਕੋ ਚੇਂਜ ਕਰ ਸਕਤੇ ਹੈ ਉਸਕੇ ਲੀਏ ਹਮਾਰੇ ਕੋ ਬਹੁਤ ਸਮੇਂ ਲਗੇਗਾ ਔਰ ਹਮ ਲਗਾਤੇ ਰਹੇਗੇ ਜਬ ਤੱਕ ਜ਼ਿੰਦਾ ਰਹੇਂਗੇ। ਤੋ ਜੇ ਭਗਵਾਨ ਕੋਈ ਕ੍ਰਿਸ਼ਮਾ ਕਰੇ ਤੋ ਹੋ ਸਕਤਾ ਹੈ ਜਲਦੀ ਹੋ ਜਾਏ ਉਸਕੇ ਲੀਏ ਹਮ ਪ੍ਰਾਰਥਨਾ ਕਰ ਸਕਤੇ ਹੈ। ਔਰ ਜੋ ਹਮਾਰਾ ਬੇਲਣ ਬ੍ਰਿਗੇਡ ਕਾ ਮਿਸ਼ਨ ਹੈ ਜਿਤਨੀ ਆਬਾਦੀ ਮਹਿਲਾਓਂ ਕੀ ਹੈ ਉਤਨੀ ਹੀ ਉਸਕੀ ਹਿੱਸੇਦਾਰੀ ਹੋਣੀ ਚਾਹੀਏ ਚਾਹੇ ਵੋ ਡਿਵੈਲਪਮੈਂਟ ਕਾ ਕਾਮ ਹੋ ਚਾਹੇ ਵੋ ਨੌਕਰੀਆਂ ਹੋ ਚਾਹੇ ਵੋ ਪੋਲੀਟਿਕਸ ਹੋ ਜਾਂ ਕੋਈ ਔਰ ਕਾਮ ਹੋ। ਤੋ ਆਜ ਤੱਕ ਹਮਾਰੇ ਹਿੰਦੁਸਤਾਨ ਮੇ ਇੱਕ ਬਹੁਤ ਹੀ ਅੱਛਾ ਇਹਨੋਨੇ ਵਰਡ ਦੇ ਦਿਆ ਵੂਮੈਨ ਇੰਪਾਵਰਮੈਂਟ ਪਰ ਕਹੀਂ ਪੇ ਅਭੀ ਤੱਕ ਆਈ ਨਹੀਂ ਵੂਮੈਨ ਇੰਪਾਵਰਮੈਂਟ। ਕਾਲਜ ਕੇ ਹੋਸਟਲ ਸੇ ਲੈ ਕੇ ਦੇਖ ਲੋ ਲੜਕੀਓ ਕੇ ਲੀਏ ਸਮੇਂ ਔਰ ਹੋਤੇ ਹੈ ਲੜਕੋ ਕੇ ਲੀਏ ਔਰ ਹੋਤੇ ਹੈ ਸਿਲੇਬਸ ਵਹੀ ਹੋਤੇ ਹੈ ਪੜ੍ਹਤੀ ਵਹੀ ਹੈ ਲੜਕੀਆਂ ਪਰ ਉਨਕੇ ਕਾਮ ਕਰਨੇ ਕੇ ਰਹਿਣੇ ਸਹਿਣੇ ਕੀ ਚੈਕਲਿਸਟ ਮੇ ਔਰ ਹੋਤੀ ਹੈ। ਇਹ ਸਾਰੀ ਇੱਕ ਤਰ੍ਹਾਂ ਸੇ ਉਨਕੇ ਦਿਮਾਗ ਕੋ ਕੈਦ ਕਰਨੇ ਕਾ ਇੱਕ ਸਿਸਟਮ ਹੈ। ਅਭੀ ਤੱਕ ਹਮਾਰੀ ਸਿਆਸਤ ਨੇ ਹਮਾਰੇ ਕੋ ਇਹ ਨਹੀਂ ਸਮਝਨੇ ਦੀਆ ਕਿ ਔਰਤ ਇੱਕ ਇਨਸਾਨ ਹੋਤੀ ਹੈ ਮੇਲ ਫੀਮੇਲ ਕੀ ਇੱਕ ਡਿਸਕ੍ਰਿਮੀਨੇਸ਼ਨ ਬਣਾ ਦੀ। ਭਗਵਾਨ ਨੇ ਤੋ ਦੋ ਜੈਂਡਰ ਬਣਾਏ ਥੇ ਮੇਲ ਔਰ ਫੀਮੇਲ ਜੇ ਇਨ ਲੋਕੋ ਨੇ ਨਹੀਂ ਬਣਾਏ ਹੋਏ ਅਗਰ ਜੈਂਡਰ ਚੇਂਜ ਹੋ ਜਾਤਾ ਹੈ ਤੋ ਉਸਕੇ ਸਾਥ ਕਿਸੀ ਕੀ ਭਾਵਨਾਏ ਨਹੀਂ ਚੇਂਜ ਹੋਤੀ। ਹਮ ਔਰਤੇ ਹੈ ਤੋ ਹਮਾਰਾ ਜੇ ਮਤਲਬ ਨਹੀਂ ਹਮ ਜੇ ਕੁਛ ਨਹੀਂ ਕਰ ਸਕਤੇ ਜਾਂ ਹਮਾਰੇ ਮੇ ਕੋਈ ਨੈਗੇਟਿਵਿਟੀ ਆ ਗਈ ਔਰ ਜੇ ਨੈਗੇਟਿਵਿਟੀ ਹੀ ਹਮ ਲੋਕੋ ਨੇ ਹਮਾਰੀ ਬਹਿਨੋ ਕੇ ਦਿਮਾਗ ਸੇ ਦੂਰ ਕਰਨੀ ਹੈ ਪਹਿਲੇ ਤੋ ਉਨਕੋ ਜੇ ਸਿਖਾਨਾ ਹੈ ਕਿ ਤੁਮ ਵੀ ਇਨਸਾਨ ਹੋ ਤੁਮ ਸਿਰਫ ਇਸ ਚੀਜ਼ ਕੇ ਲੀਏ ਪੈਦਾ ਨਹੀਂ ਹੋਏ ਕਿ ਆਪਕੇ ਉੱਪਰ 100 ਤਰ੍ਹਾਂ ਕੀ ਚੈਕਲਿਸਟ ਲਗੇ 100 ਤਰ੍ਹਾਂ ਕੇ ਬੈਰੀਅਰ ਲਗੇ ਕਿ ਔਰਤੇ ਹੈ ਕਿਤਨੇ ਵਜੇ ਜਾਏਂਗੀ ਕਿਤਨੇ ਵਜੇ ਆਏਂਗੀ ਇਤਨੇ ਵਜੇ ਕੰਮ ਕਰੇਂਗੀ ਪਹਿਲੇ ਤੋ ਹਮਾਰੇ ਕੋ ਫ੍ਰੀ ਹੋ ਕੇ ਇੱਕ ਇਨਸਾਨ ਇਨਸਾਨ ਕੇ ਤੌਰ ਪੇ ਅਸੈਪਟ ਕਰੇਂਗੇ। ਚੋਰੀਆਂ ਬਣਾ ਲਿਆ ਕੰਜਕੇ ਬਣਾ ਲਿਆ ਕੁਛ ਕਰ ਦਿਆ ਹਮੇ ਨਹੀਂ ਬਣਨਾ ਹਮ ਕੰਜਕੇ ਨਹੀਂ ਹੈ ਹਮ ਦੁਰਗਾ ਨਹੀਂ ਹੈ ਹਮ ਇਨਸਾਨ ਹੈ ਇਨਸਾਨ ਹਮ ਔਰਤੇ ਹੈ ਇਨਸਾਨ ਹੈ ਹਮੇ ਵਹੀ ਬਣਨਾ ਹੈ ਹਮੇ ਔਰ ਕੁਛ ਨਹੀਂ ਬਣਨਾ ਹਮੇ ਨਾ ਦੇਵੀਆਂ ਬਣਨਾ ਨਾ ਹਮ ਦੁਰਗਾ ਹੈ ਨਾ ਹਮ ਕੰਜਕੇ ਹੈ। ਇਹ ਸਾਰੀ ਪ੍ਰਥਾਏ ਖਤਮ ਹੋਣੀ ਚਾਹੀਏ ਹਮਾਰੇ ਦੇਸ਼ ਸੇ ਇਹ ਹਮਾਰੀ ਲੜਾਈ ਹੈ ਔਰ ਹਮਾਰਾ ਜੋ ਬੇਲਣ ਬ੍ਰਿਗੇਡ ਹੈ ਇਹ ਵੂਮੈਨ ਇੰਪਾਵਰਮੈਂਟ ਦਾ ਇੱਕ ਸਿੰਬਲ ਹੈ। ਕਿਸੀ ਨੇ ਇੰਪਾਵਰਮੈਂਟ ਦੇਣੀ ਨਹੀਂ ਨਾ ਕਿਸੀ ਕੇ ਨਾਮ ਸੇ ਆਉਣੀ ਹੈ ਨਾ ਅਗਰ ਕੋਈ ਕਹਤਾ ਨਾ ਜੇ ਵੂਮੈਨ ਇੰਪਾਵਰਮੈਂਟ ਆ ਰਹੀ ਹੈ ਐਸਾ ਨਹੀਂ ਹੋਤਾ ਵੂਮੈਨ ਇੰਪਾਵਰਮੈਂਟ ਅੰਦਰ ਸੇ ਆਉਣੀ ਹੈ। ਜਬ ਹਮ ਔਰਤੋਂ ਕੋ ਅੰਦਰ ਸੇ ਉਨਕੋ ਜਗਾ ਦੀਆ ਉਨਕੋ ਪਤਾ ਚਲ ਗਿਆ ਹਮ ਕਿਸ ਚੀਜ਼ ਕੇ ਲੀਏ ਪੈਦਾ ਹੋਏ ਹੈ ਹਮ ਵੀ ਹਮਨੇ ਵੀ ਕੁਛ ਕਰਨਾ ਹੈ ਕਿਉਂਕਿ ਮਰ ਕੋ ਸਭ ਨੇ ਹੀ ਜਾਣਾ ਹੈ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਜੋ ਇਨਸਾਨ ਪੈਦਾ ਹੋਤਾ ਉਸਨੇ ਮਰਨਾ ਹੈ।
उस टाइम के दौरान हम लोग क्या कर सकते हैं उसकी अकाउंटेबिलिटी बनती है। और यही हमने अपनी बहनों को समझानी है, यही हमने अपनी छात्राओं को समझानी है, यही बच्चियों को समझानी है।